ਗੱਲ ਕਰਦੇ ਹਾਂ ਵਾਈ ਵੀ ਸਟਡੀ ਪਲੇਨਸ ਪਲੇਨਸ ਆਪਣਾ ਕਿਉਂ ਪੜਦੇ ਹਾਂ ਜੇਕਰ ਤੁਸੀਂ ਆਪਣੀ ਮੂਵਮੈਂਟ ਨੂੰ ਡਿਸਕ੍ਰਾਈਬ ਕਰਨਾ ਚਾਹੁੰਦੇ ਹੋ ਉਹਦੀ ਵਿਆਖਿਆ ਕਰਨਾ ਚਾਹੁੰਦੇ ਹੋ ਤੁਹਾਡੀ ਮੂਵਮੈਂਟ ਕਿਸ ਡਾਇਰੈਕਸ਼ਨ ਦੇ ਵਿੱਚ ਹੋ ਰਹੀ ਆ ਤੁਹਾਡੀ ਮੂਵਮੈਂਟ ਦੇ ਵਿੱਚ ਕਿਹੜੇ ਜੋਇੰਟ ਐਕਸ਼ਨਸ ਨੇ ਤੇ ਤੁਹਾਨੂੰ ਪਲੇਨਸ ਪੜ੍ਹਨੇ ਜ਼ਰੂਰੀ ਨੇ ਫੋਰ ਐਗਜ਼ਾਮਪਲ ਸਾਡੇ ਕੋਲੇ ਟਰੈਕ ਐਂਡ ਫੀਲਡ ਦੇ ਦੋ ਇਵੈਂਟਸ ਨੇ ਇੱਕ ਸਾਡੇ ਕੋਲ ਹੈਗਾ 100 ਮੀਟਰ ਤੇ ਦੂਸਰਾ ਸਾਡੇ ਕੋਲ ਹੈਗਾ ਜੈਪਨ ਥਰੋ ਜੇ ਗੱਲ ਕਰਾਂ ਮੈਂ 100 ਮੀਟਰ ਦੀ ਤੇ ਸਾਡਾ ਐਥਲੀਟ ਜਿਹੜਾ ਹੁੰਦਾ ਉਹ ਇੱਕਦਮ ਸਟ੍ਰੇਟ ਭੱਜਦਾ ਹੈ ਮਤਲਬ ਸਿਰਫ ਇੱਕ ਡਾਇਰੈ ਦੇ ਵਿੱਚ ਹੀ ਮੂਵਮੈਂਟ ਹੁੰਦੀ ਆ ਤੇ ਉੱਥੇ ਜੇ ਗੱਲ ਕੀਤੀ ਜਾਵੇ ਜੈਵਲਨ ਥਰੋ ਦੀ ਪਹਿਲੇ 12 ਤੋਂ 15 ਕਦਮ ਐਥਲੀਟ ਜੈਵਲਨ ਨੂੰ ਲੈ ਕੇ ਅਪਰੋਚ ਜਦੋਂ ਕਰਦਾ ਉਹ ਸਟ੍ਰੇਟ ਕਰਦਾ ਹੈ ਨਾ ਇੱਕ ਡਾਇਰੈਕਸ਼ਨ ਦੇ ਵਿੱਚ ਹੁੰਦੀ ਆ ਉਸ ਤੋਂ ਬਾਅਦ ਜਦੋਂ ਉਹ ਕ੍ਰੋਸਓਵਰ ਸਟੈਪ ਲੈਂਦਾ ਹੈ ਤੇ ਬੋਡੀ ਦੀ ਡਾਇਰੈਕਸ਼ਨ ਕੀ ਹੋ ਜਾਂਦੀ ਹੈ ਚੇਂਜ ਹੋ ਜਾਂਦੀ ਆ ਤੋ 3 ਤੋਂ 4 ਉਹਦੇ ਕ੍ਰੋਸਓਵਰ ਸਟੈਪਸ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਥਰੋ ਕਰਦਾ ਹੈ ਅਗੇਨ ਬੋਡੀ ਦੀ ਜਿਹੜੀ ਡਾਇਰੈਕਸ਼ਨ ਆ ਉਹ ਚੇਂਜ ਹੋ ਜਾਂਦੀ ਆ ਸੋ ਜੈਵਲਿਨ ਦੇ ਵਿੱਚ ਤਿੰਨ ਡਾਇਰੈਕਸ਼ਨਸ ਨੇ ਠੀਕ ਹੈ ਦੇਖੋ ਤੇ ਸਾਡੇ ਕੋ ਸਪ੍ਰਿੰਟਿੰਗ ਦੇ ਵਿੱਚ ਸਿਰਫ ਸਾਡਾ ਐਥਲੀਟ ਇੱਕ ਡਾਇਰੈਕਸ਼ਨ ਦੇ ਵਿੱਚ ਹੀ ਮੂਵ ਕਰ ਰਿਹਾ ਸੋ ਵੀ ਤੁਹਾਨੂੰ ਕੌਣ ਦੱਸੇਗਾ प्लेन् दसेगा कि डरैक्शन के प्लेन्मेंट्स हो रही ने उस तो बाद जो आप गल करिए मूवमेंट की है ना जे आप मूवमेंट करनी है तो एक चीज़ बहुत ज़्यादा लाजमी आगी है, है साढ़े कोई स्पेस जे साढ़े को स्पेस होएगी तो ही मूवमेंट कर सर स्पेस नहीं है तो मूवमेंट नहीं कर तो सी देख रहे हो मेरे राइट साइड स्पेस हैगी है तो मैं मूव कर सदा लैफ्ट साइड स्पेस हैगी है तो मैं मूव कर सकता जे मेरे को स्पेस नहीं होएगी मेरी मूवमेंट ਨਹੀਂ ਹੋ ਸਕਦੀ ਸੋ ਜੇ ਗੱਲ ਕੀਤੀ ਜਾਵੇ ਸਪੇਸ ਦੀ ਸਪੇਸ ਕੋਲੇ ਤਿੰਨ ਡਾਈਮੈਂਸ਼ਨਸ ਹੁੰਦੀਆਂ ਨੇ ਆਪਾਂ ਮੂਵ ਮੈਂ ਅੱਗੇ ਮੂਵ ਕਰ ਰਿਹਾ ਮੈਂ ਪਿੱਛੇ ਮੂਵ ਕਰ ਰਿਹਾ ਇੱਕ ਡਾਈਮੈਂਸ਼ਨ ਹੋਗੀ ਮੈਂ ਖੱਬੇ ਮੂਵ ਕਰ ਰਿਹਾ ਮੈਸੇਜ ਜੇ ਮੂਵ ਕਰ ਰਹੇ ਆ ਇਹ ਦੂਸਰੀ ਡਾਈਮੈਂਸ਼ਨ ਹੋਗੀ ਮੈਂ ਉੱਪਰ ਮੂਵ ਕਰ ਰਹੇ ਆ ਮੈਂ ਥੱਲੇ ਮੂਵ ਕਰ ਰਹੇ ਆ ਇਹ ਤੀਸਰੀ ਡਾਈਮੈਂਸ਼ਨ ਹੋਗੀ ਸੋ ਜਦੋਂ ਰੀਅਲ ਵਰਲਡ ਦੇ ਵਿੱਚ ਇਸ ਚੀਜ਼ ਨੂੰ ਆਪਾਂ ਹਨਾ ਤੁਸੀਂ ਦੇਖਿਆ ਹਨ ਮੂਵੀਜ਼ ਵੀ ਦੇਖੀਆਂ ਹੋਣੀਆਂ 3D ਬੋਲਦੇ ਹਨਾ 3 ਡਾਈਮੈਂਸ਼ਨਸ ਸੋ ਸਪੇਸ ਕੋਲੇ 3 ਡਾਈਮੈਂਸ਼ਨਸ ਹੁੰਦੀਆਂ ਨੇ ਕੋਈ ਵੀ ਆਬਜੈਕਟ ਹੈ ਲਾਈਕ ਮੇਰੀ ਹਿਊਮਨ ਬਾਡੀ ਹੈ ਤੇ ਉਹਨੂੰ ਆਪਾਂ 3 ਡਾਈਮੈਂਸ਼ਨਸ ਤੋਂ ਦੇਖ ਸਕਦੇ ਆ ਅੱਗੇ ਤੋਂ ਪਿੱਛੇ ਪਿੱਛੇ ਤੋਂ ਅੱਗੇ ਸੱਜੇ ਤੋਂ ਖੱਬੇ ਖੱਬੇ ਤੋਂ ਸੱਜੇ ਉੱਪਰ ਤੋਂ ਥੱਲੇ ਤੋਂ ਥੱਲੇ ਤੋਂ ਉੱਪਰ ਆਪਾਂ ਨੂੰ ਦੇਖ ਸਕਦੇ ਆ ਸੋ ਜੇਕਰ ਸਾਡੇ

ਠੀਕ ਹੈ ਜੀ ਸੋ اے ਰੀਜ਼ਨ ਹੈਗਾ दैट इज ਵਾਈ ਵੀ ਸਟਡੀ ਪਲੇਨਸ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪਲੇਨ ਕੀ ਹੁੰਦਾ ਹੈ ਸੋ ਪਲੇਨ ਕੀ ਹੈ ਇੱਕ ਫਲੈਟ ਇਮੇਜినਰੀ ਸਰਫੇਸ ਫਲੈਟ ਤੋਂ ਪਾਬ ਹੈਗਾ ਕਿ ਚਪਟੀ ਆ ਇਮੇਜినਰੀ ਦਾ ਮਤਲਬ ਹੁੰਦਾ ਜੇ ਜੀ ਆਪਾਂ ਕਲਪਨਾ ਕਰ ਸਕਦੇ ਆ ਤੇ ਸਰਫੇਸ ਦਾ ਮਤਲਬ ਹੁੰਦਾ ਸਤ੍ਹਾ ਸੋ ਇੱਕ ਇਹ ਇੱਕ ਫਲੈਟ ਇਮੇਜినਰੀ ਸਰਫੇਸ ਆ ਫਲੈਟ ਇਸ ਲਈ ਆ ਕਿਉਂਕਿ ਇਹਦੇ ਕੋਲ ਹਾਈਟ ਨਹੀਂ ਹੈਗੀ ਇਹਦੇ ਕੋਲ ਹਾਈਟ ਨਹੀਂ ਹੈਗੀ ਪਲੇਨ ਦੇ ਕੋਲ ਹਮੇਸ਼ਾ ਦੋ ਡਾਈਮੈਂਸ਼ਨਸ ਹੁੰਦੀਆਂ ਨੇ ਇੱਕ ਉਹਦੇ ਕੋਲੇ ਵਿਡਥ ਹੁੰਦੀ ਹੈ ਇੱਕ ਉਹਦੇ ਕੋਲੇ ਲੈਂਥ ਹੁੰਦੀ ਹੈ ਉਹਦੇ ਕੋਲ ਹਾਈਟ ਨਹੀਂ ਹੁੰਦੀ ਉਹਨੇ ਪਲੇਨ ਕੀ ਕਰਦਾ ਮੇਰੀ ਬਾਡੀ ਨੂੰ ਸਪੇਸ ਦੇ ਵਿੱਚ ਕੱਟ ਕਰਦਾ ਠੀਕ ਹੈ ਜੀ ਮੇਰੀ ਬਾਡੀ ਨੂੰ ਸਾਡੀ ਹਿਊਮਨ ਬਾਡੀ ਨੂੰ ਸਪੇਸ ਦੇ ਵਿੱਚ ਕੱਟ ਕਰਦਾ ਜਦੋਂ ਇਹ ਕੱਟੇਗਾ ਸਾਡੀ ਬਾਡੀ ਨੂੰ ਤੇ ਸਾਡੀ ਬਾਡੀ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਏਗੀ ਜੇ ਇਸ ਤਰੀਕੇ ਨਾਲ ਕੱਟੇਗਾ ਮੇਰੀ ਬਾਡੀ ਸੱਚੇ ਤੇ ਖੱਬੇ ਵਿੱਚ ਵੰਡੀ ਜਾਏਗੀ ਇਸ ਤਰੀਕੇ ਨਾਲ ਕੱਟੇਗਾ ਮੇਰੀ ਬਾਡੀ ਅੱਗੇ ਤੇ ਪਿੱਛੇ ਵਿੱਚ ਉਹਦੀ ਵੰਡ ਹੋਏਗੀ ਇਸ ਤਰੀਕੇ ਨਾਲ ਵੰਡੇਗਾ ਮੇਰਾ ਸ਼ਰੀਰ ਉੱਪਰ ਤੇ ਥੱਲੇ ਦੇ ਹਿੱਸੇ ਦੇ ਵਿੱਚ ਵੰਡਿਆ ਜਾਏਗਾ ਸੋ ਤਿੰਨ ਪੌਸਿਬਿਲਿਟੀਆਂ ਹੈ ਕਿ ਆ ਸਾਡੇ ਕੋਲੇ ਕਿਪਲਿਨ ਸਾਡੀ ਬਾਡੀ ਨੂੰ ਇਸ ਤਰੀਕੇ ਨਾਲ ਕੱਟਦਾ ਹੈ ਇਸ ਤਰੀਕੇ ਨਾਲ ਕੱਟਦਾ ਹੈ ਤੇ ਇਸ ਤਰੀਕੇ ਨਾਲ ਕੱਟਦਾ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਐਕਸਿਸ ਬਾਰੇ ਐਕਸਿਸ ਕੀ ਹੈ ਐਕਸਿਸ ਇੱਕ ਇਮੇਜਿਨਰੀ ਪੁਆਇੰਟ ਹੈਗਾ ਜਿਹੜਾ ਫਿਕਸਡ ਹੈਗਾ ਤੇ ਜਿਹਦੇ ਆਲੇ-ਦੁਆਲੇ ਚੀਜ਼ਾਂ ਘੁੰਮਦੀਆਂ ਨੇ ਜੇਕਰ ਗੱਲ ਕੀਤੀ ਜਾਵੇ ਸਾਡੇ ਸਰੀਰ ਦੀ ਸਾਡੇ ਸਰੀਰ ਦੇ ਵਿੱਚ ਐਕਸਿਸ ਕੀ ਹੈ ਸਾਡੇ ਜੋੜ ਸਾਡੇ ਜੋਇੰਟਸ ਤੇ ਉਹਦੇ ਆਲੇ-ਦੁਆਲੇ ਸਾਡੇ ਬਾਡੀ ਪਾਰਟਸ ਮੂਵ ਕਰਦੇ ਨੇ ਫੋਰ ਐਗਜ਼ਾਮਪਲ ਮੇਰੇ ਕੋਲੇ ਇਹ ਕੀ ਹੈ ਮੇਰੇ ਕੋਲੇ ਹੈ ਇੱਕ ਮੇਰਾ ਐਲਬੋ ਜੋਇੰਟ ਹੈ ਐਲਬੋ ਜੋਇੰਟ ਦੇ ਆਲੇ-ਦੁਆਲੇ ਕੌਣ ਮੂਵ ਕਰ ਰਿਹਾ ਮੇਰੀ ਫੋਰ ਆਰਮ ਮੂਵ ਕਰ ਰਹੀ ਹੈ ਮੇਰਾ ਸ਼ੋਲਡਰ ਜੋਇੰਟ ਕੀ ਹੈ ਇਦੇ ਆਲੇ-ਦੁਆਲੇ ਕੌਣ ਮੂਵ ਕਰ ਰਿਹਾ ਮੇਰੀ ਆਰਮ ਮੂਵ ਕਰ ਰਹੀ ਹੈ ਸੋ ਐਕਸਿਸ ਦੇ ਆਲੇ-ਦੁਆਲੇ ਹਮੇਸ਼ਾ ਸਾਡੇ ਕੋਲੇ ਬਾਡੀ ਪਾਰਟ ਮੂਵ ਕਰੇਗਾ ਤੇ ਐਕਸਿਸ ਹਮੇਸ਼ਾ ਆਪਣੀ ਜਗ੍ਹਾ ਤੇ ਰਹੇਗੀ ਸੋ ਮੇਰੇ ਕੋਲੇ ਪਿੰਨ 휠 ਹੈ ਤੁਸੀਂ ਮੇਲਿਆਂ ਦੇ ਵਿੱਚ ਅਕਸਰ ਦੇਖਿਆ ਹੋਵੇਗਾ ਪਿੰਨ 휠 ਆ ਤੁਸੀਂ ਪਿੰਨ ਦੇਖ ਰਹੇ ਹੋ ਇਹ ਪਿੰਨ ਕੀ ਹੈ ਇਹ ਐਕਸਿਸ ਹੈਗੀ ਆ ਇਹ ਆਪਣੀ ਜਗ੍ਹਾ ਤੇ ਫਿਕਸਡ ਹੈ ਐਂਡ ਇੱਕ ਇਮੇਜినਰੀ ਪੁਆਇੰਟ ਹੈ ਤੇ ਇਹਦੇ ਆਲੇ-ਦੁਆਲੇ ਕੀ ਹੈ ਇਹ ਵੀਨ ਕੁੰਬ ਰਿਹਾ ਹੈਗਾ ਸੋ ਐਕਸਿਸ ਕੀਆ ਇੱਕ ਇਮੇਜਿਨਰੀ ਪੁਆਇੰਟ ਜਿਹਦੇ ਆਲੇ ਦੁਆਲੇ ਸਾਡੇ ਬਾਡੀ ਪਾਰਟਸ ਮੂਵ ਕਰਦੇ ਨੇ ਤੇ ਸਾਡੀ ਬਾਡੀ ਦੇ ਵਿੱਚ ਐਕਸਿਸ ਕੀਆ ਸਾਡੇ ਜੋਇੰਟਸ ਸੋ ਹਰ ਪਲੇਨ ਦੇ ਵਿੱਚ ਐਕਸਿਸ ਹੋਏਗੀ ਨਹੀਂ ਹੋਏਗੀ ਇਹ ਡਿਪੈਂਡ ਕਰਦਾ ਹੈ ਕਿ ਮੂਵਮੈਂਟ ਐਕਸੀਅਲ ਆ ਕਿ ਨਾਨ ਐਕਸੀਅਲ ਜੇਕਰ ਮੂਵਮੈਂਟ ਐਕਸੀਅਲ ਆ ਤੇ ਪਲੇਨ ਦੇ ਵਿੱਚ ਐਕਸਿਸ ਹਮੇਸ਼ਾ ਹੋਏਗੀ ਮੈਂ ਦੁਬਾਰਾ ਬੋਲ ਰਿਹਾ ਜੇਕਰ ਮੂਵਮੈਂਟ ਐਕਸੀਅਲ ਆ ਤੇ ਪਲੇਨ ਦੇ ਵਿੱਚ ਐਕਸਿਸ ਹਮੇਸ਼ਾ ਹੋਏਗੀ ਐਂਡ ਐਕਸਿਸ ਪਲੇਨ ਦੇ ਪਰਪੈਂਡੀਕੂਲਰ ਹੋਏਗੀ ਮਤਲਬ 90 ਡਿਗਰੀ ਹੋਏਗੀ ਜੇ ਮੇਰਾ ਪਲੇਨ ਇਵੇਂ ਆ ਤੇ ਐਕਸਿਸ ਕੁਝ ਇਵੇਂ ਰਨ ਕਰ ਰਹੀ ਤੁਸੀਂ ਦੇਖ ਰਹੇ ਹੋ ਐਕਸਿਸ ਸੱਜੇ ਤੋਂ ਖੱਬੇ ਜਾ ਰਹੀ ਹੈ ਹੈਨਾ ਜੇ ਮੇਰਾ ਪਲੇਨ ਇਸ ਤਰੀਕੇ ਨਾਲ ਤਾਂ ਐਕਸਿਸ ਅੱਗੇ ਤੋਂ ਪਿੱਛੇ ਨੂੰ ਜਾਏਗੀ ਓਕੇ ਜੇ ਮੇਰਾ ਪਲੇਨ ਕੁਝ ਇਸ ਤਰੀਕੇ ਨਾਲ ਤਾਂ ਐਕਸਿਸ ਉੱਪਰ ਤੋਂ ਥੱਲੇ ਨੂੰ ਚਾਹੀਦੀ ਹੈ ਇਸ ਤਰੀਕੇ ਦੇ ਨਾਲ ਸੋ ਜੇਕਰ ਮੂਵਮੈਂਟ ਸਾਡੀ ਐਕਸੀਅਲ ਆ ਤੇ ਪਲੇਨ ਦੇ ਵਿੱਚ ਐਕਸੈਸ ਹੋਏਗੀ ਜੇਕਰ ਮੂਵਮੈਂਟ ਨਾਨ ਐਕਸੀਅਲ ਆ ਤੇ ਪਲੇਨ ਦੇ ਵਿੱਚ ਐਕਸੈਸ ਨਹੀਂ ਹੋਏਗੀ ਐਕਸੀਅਲ ਕੀ ਆ ਨਾਨ ਐਕਸੀਅਲ ਮੂਵਮੈਂਟ ਕੀ ਆ ਆਪਾਂ ਆਉਣ ਵਾਲੇ ਲੈਕਚਰਸ ਦੇ ਵਿੱਚ ਗੱਲ ਕਰਾਂਗੇ ਸੋ ਗੱਲ ਕਰਦੇ ਹਾਂ ਸਾਡੇ ਪਹਿਲੇ ਪਲੇਨ ਬਾਰੇ ਥੈਟ ਇਜ਼ ਸੈਜੀਟਲ ਪਲੇਨ ਸੋ ਪਲੇਨ ਮੈਂ ਤੁਹਾਨੂੰ ਦੱਸਿਆ ਸੀ ਕੀ ਕਰਦਾ ਸਾਡੇ ਸਰੀਰ ਨੂੰ ਸਪੇਸ ਦੇ ਵਿੱਚ ਕੱਟ ਕਰਦਾ ਹੈ ਤੇ ਇਹਨੂੰ ਅਸਿਊਮ ਕਰੋ ਕਿ ਕੀ ਇਹ ਕਟਰਿਆ ਸੋ ਮੰਨ ਲਓ ਇਹ ਪਲੇਨ ਆਇਆ ਇਦਾਂ ਤੇ ਇਹਨੇ ਮੇਰੇ ਸਰੀਰ ਨੂੰ ਕੁਝ ਇਸ ਤਰੀਕੇ ਨਾਲ ਕਟਿਆ ਜਦੋਂ ਇਸ ਤਰੀਕੇ ਨਾਲ ਇਹਨੇ ਕਟਿਆ ਤੇ ਮੇਰਾ ਸਰੀਰ ਕਿੰਨੇ ਹਿੱਸਿਆਂ 'ਚ ਵੰਡਿਆ ਗਿਆ ਦੋ ਹਿੱਸਿਆਂ 'ਚ ਵੰਡਿਆ ਗਿਆ ਕਿਹੜੇ-ਕਿਹੜੇ ਦੋ ਹਿੱਸੇ ਰਾਈਟ ਐਂਡ ਲੈਫਟ ਸੱਜਾ ਤੇ खब्बा सो so, पहले पॉइंट आप लिखे सर्जिटल प्लेन डिवाइडस द बॉडी इन टू लेफ्ट लैफ्ट मतलब सिनिस्टर एंड राइट मतलब डैक्सटर हूँ सिनिस्टर डैक्सटर का मतलब कि एक लैटिन टर्म्स है कि लैफ्टू आप लैटिन के सनिस्टर बोलते हाँ तो रइट ना लैटिन डैक्सटर बोलते हाँ उस अगे की लिखिया ए बॉडी पार्ट कैन मूव इन एंटीरीयर टू पोस्टीरीयर और पोस्टीरीयर टू इंटीरीयर डायरेक्शन दिस डायरैक्शन ਡਿਸਕ੍ਰਾਈਬਸ ਦਾ ਸੈਜੀਟਲ ਪਲੇਨ ਹੁਣ ਇਹਦੇ ਵਿੱਚ ਮੂਵਮੈਂਟ ਕਿਹੜੀ ਹੋਏਗੀ ਸੋ ਆਪ ਤੁਸੀਂ ਦੇਖ ਰਹੇ ਹੋ ਇਹ ਮੇਰੇ ਕੋਲੇ ਸੈਜੀਟਲ ਪਲੇਨ ਆ ਠੀਕ ਹੈ ਜੀ ਹਮੇਸ਼ਾ ਜਿਹੜੀ ਮੂਵਮੈਂਟ ਸਾਡੇ ਬਾਡੀ ਪਾਰਟ ਦੀ ਹੋਏਗੀ ਉਹ ਇੰਟੀਰੀਅਰ ਟੂ ਪੋਸਟੀਰੀਅਰ ਇੰਟੀਰੀਅਰ ਟੂ ਪੋਸਟੀਰੀਅਰ ਦਾ ਮਤਲਬ ਕੀ ਆ ਮਤਲਬ ਅੱਗੇ ਤੋਂ ਪਿੱਛੇ ਵੱਲ ਨੂੰ ਤੇ ਪੋਸਟੀਰੀਅਰ ਟੂ ਇੰਟੀਰੀਅਰ ਪਿੱਛੇ ਤੋਂ ਅੱਗੇ ਵੱਲ ਨੂੰ ਹਮੇਸ਼ਾ ਮੂਵਮੈਂਟ ਹੋਏਗੀ ਯਾ ਤੁਸੀਂ ਕਹਿ ਲੋ ਕਿ ਇਸ ਪਲੇਨ ਦੇ ਪੈਰਲਰ बिल्कुल समांतर मूवमेंट होएगी वो सैजिटल प्लेन आएगी ये समांतर देखो मैं मूवमेंट कर रहा है कि समांतर आ बिल्कुल यद समांतर आ मैं एल्बो फ्लैक्शन कर रहा है कि ये समांतर आ बिल्कुल यद समांतर उसी बैसैप कर्ल दे हो है ना बाइसैप्स कर्ल करते हो बाइसैप्स कर्ल की सजिटल प्लेन की मूवमेंट आ ओके सो इस प्लेन देांतर ठीक है इस प्लेन देांतर या आप कह लिए anterior to posterior ਜਦੋਂ ਸਾਡਾ ਬਾਡੀ ਪਾਰਟ ਮੂਵ ਕਰ ਰਿਹਾ ਹੈ ਜਾਂ posterior to anterior ਸਾਡਾ ਬਾਡੀ ਪਾਰਟ ਮੂਵ ਕਰ ਰਿਹਾ ਹੈ ਉਹ ਸੈਜੀਟਲ ਪਲੇਨ ਦੇ ਵਿੱਚ ਮੂਵਮੈਂਟ ਹੋਏਗੀ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਮੂਵਮੈਂਟ ਅਬਾਊਟ ਦਾ ਮੀਡੀਓ ਲੈਟਰਲ ਐਕਸਿਸ ਇਹਦੇ ਵਿੱਚ ਜਿਹੜੀ ਮੂਵਮੈਂਟ ਹੋਏਗੀ ਹਨਾ ਮੂਵਮੈਂਟ ਕਿਹਦੇ ਅਬਾਊਟ ਹੋਏਗੀ ਇਹਦੇ ਵਿੱਚ ਐਕਸਿਸ ਕਿਹੜੀ ਹੋਏਗੀ ਇਹਦੇ ਵਿੱਚ ਐਕਸਿਸ ਹੋਏਗੀ ਹਮੇਸ਼ਾ ਮੀਡੀਓ ਲੈਟਰਲ ਐਕਸਿਸ ਸੋ ਜੇ ਇਹ ਪਲੇਨ ਪਲੇਨ ਦੇ ਮਤੋਂ ਦਸੀਆ ਸੀਗਾ ਹਮੇਸ਼ਾ ਜਿਹੜੀ ਐਕਸਿਸ ਹੋਏਗੀ ਉਹ ਪਰਪੈਂਡੀਕੂਲਰ ਹੋਏਗੀ ਮਤਲਬ 90 ਡਿਗਰੀ ਟੂ ਦਾ ਪਲੇਨ ਹੋਏਗੀ ਸੋ ਜੇ ਤੁਸੀਂ ਦੇਖ ਰਹੇ ਹੋ ਇਹ ਐਕਸਿਸ ਜਿਹੜੀ ਹੈਗੀ ਹੈ ਕਿਸ ਤਰੀਕੇ ਨਾਲ ਇਹਦੀ ਔਰੀਐਂਟੇਸ਼ਨ ਹੈ ਕਿੱਦਾਂ ਰਨ ਕਰ ਰਹੀ ਹੈ ਇਹ ਕੁਝ ਇਸ ਤਰੀਕੇ ਨਾਲ ਰਨ ਕਰ ਰਹੀ ਹੈ ਓਕੇ ਸੋ ਆਪ ਪਿੰਨ ਤੁਸੀਂ ਦੇਖ ਰਹੇ ਹੋ ਇਹ ਕੁਝ ਇਸ ਤਰੀਕੇ ਨਾਲ ਸੋ ਇਹਨੂੰ ਆਪਾਂ ਕੀ ਬੋਲਦੇ ਹਾਂ ਕਿਹੜੀ ਐਕਸਿਸ ਹੈ ਸੈਜੀਟਲ ਪਲੇਨ ਦੇ ਵਿੱਚ ਮੀਡੀਓ ਲੈਟਰਲ ਐਕਸਿਸ ਯਾ ਇਹਨੂੰ ਆਪਾਂ ਫਰੰਟਲ ਹਾਰੀਜ਼ੋਂਟਲ ਐਕਸਿਸ ਦੇ ਨਾਮ ਤੋਂ ਵੀ ਜਾਣਦੇ ਆ ਸੋ ਅੱਗੇ ਆਪਾਂ ਗੱਲ ਕਰਾਂਗੇ ਸੋ ਫਰੰਟਲ ਪਲੇਨ ਨੂੰ ਆਪਾਂ ਕੋਰਨਲ ਪਲੇਨ ਦੇ ਨਾਮ ਤੋਂ ਵੀ ਜਾਣਦੇ ਆ ਵੈਰੀ ਇੰਪੋਰਟੈਂਟ ਹਮੇਸ਼ਾ ਪ੍ਰੀਵੀਅਸ ইয়ারਸ ਦੇ ਵਿੱਚ ਇੱਕ ਕੁਐਸਚਨ ਬਣਿਆ ਹੈ ਕਈ ਸਟੇਟਸ ਦੇ ਵਿੱਚ ਕਿ ਫਰੰਟਲ ਪਲੇਨ ਨੂੰ ਹੋਰ ਕਿਸ ਨਾਮ ਤੋਂ ਜਾਣਿਆ ਜਾਂਦਾ ਹੈ ਸੋ ਵੈਰੀ ਇੰਪੋਰਟੈਂਟ ਇਸ ਚੀਜ਼ ਨੂੰ ਤੁਸੀਂ ਨੋਟ ਕਰ ਲਿਓ ਸੋ ਫਰੰਟਲ ਪਲੇਨ ਕੀ ਕਰਦਾ ਡਿਵਾਈਡਸ ਦਾ ਬਾਡੀ ਇੰਟੂ ਫਰੰਟ ਐਂਡ ਬੈਕ অর ਐਂਟੀਰੀਅਰ ਐਂਡ ਪੋਸਟੀਰੀਅਰ ਪੋਰਸ਼ਨ ਸੋ ਇਹ ਕੀ ਆ ਇੱਕ ਫਰੰਟਲ ਪਲੇਨ ਆ ਜੇਕਰ ਇਹ ਮੇਰੇ ਸਰੀਰ ਨੂੰ ਇਸ ਤਰੀਕੇ ਨਾਲ ਕੱਟੇਗਾ ਇਸ ਤਰੀਕੇ ਨਾਲ ਕੱਟਿਆ ਮੇਰਾ ਸਰੀਰ ਦੋ ਭਾਗਾ ਚ ਵੰਡਿਆ ਗਿਆ ਫਰੰਟ ਐਂਡ ਬੈਕ ਯਾ ਇਹਨੂੰ ਕਹ ਲਈਏ ਐਂਟੀਰੀਅਰ ਐਂਡ ਪੋਸਟੀਰੀਅਰ ਪੰਜਾਬੀ ਚ ਕਹ ਲਈਏ ਕਿ ਅਗੇ ਤੇ ਪਿੱਛੇ ਦੇ ਭਾਗਾ ਦੇ ਵਿੱਚ ਮੇਰਾ ਸਰੀਰ ਵੰਡਿਆ ਗਿਆ ਜੇ ਇਹ ਪਲੇਨ ਇਸ ਤਰੀਕੇ ਨਾਲ ਮੇਰੇ ਸਰੀਰ ਨੂੰ ਕੱਟਦਾ ਹੈ ਕੱਟ ਕਰਦਾ ਹੈ ਉਸ ਤੋਂ ਬਾਅਦ ਅਗਲੀ ਗੱਲ ਹੈਗੀ ਆ ਇਹ ਬਾਡੀ ਪਾਰਟ ਕੈਨ ਮੂਵ ਇਨ ਇਨ ਅ ਲੈਫਟ ਟੂ ਰਾਈਟ অর ਰਾਈਟ ਟੂ ਲੈਫਟ ਡਾਇਰੈਕਸ਼ਨ ਥਿਸ ਕੁਡ ਆਲਸੋ ਬੀ ਡਿਸਕ੍ਰਾਈਬਡ ਐਸ ਮੀਡੀਅਲ ਟੂ ਲੈਟਰਲ অর ਲੈਟਰਲ ਟੂ ਮੀਡੀਅਲ ਡਾਇਰੈਕਸ਼ਨ ਸੋ ਫਰੰਟਲ ਪਲੇਨ ਦੇ ਵਿੱਚ ਕੀ ਹੋਏਗਾ ਸਾਡਾ ਬਾਡੀ ਪਾਰਟ ਜਿਹੜਾ ਹੋਏਗਾ ਲੈਫਟ ਟੂ ਰਾਈਟ ਮੂਵ ਕਰੇਗਾ ਤੇ ਰਾਈਟ ਟੂ ਲੈਫਟ 무ਵ ਕਰੇਗਾ ਮਤਲਬ ਮੀਡੀਅਲ ਟੂ ਲੈਟਰਲ ਤੇ ਲੈਟਰਲ ਟੂ ਮੀਡੀਅਲ ਸੋ ਹਮੇਸ਼ਾ ਇਸ ਪਲੇਨ ਦੇ ਜਿਹੜੀ ਸਾਡੀ ਮੂਵਮੈਂਟ ਹੋਏਗੀ ਉਹ ਸਮਾਂਤਰ ਹੋਏਗੀ ਪੈਰਲਰ ਹੋਏਗੀ ਜੇ ਮੈਂ ਲੈਫਟ ਟੂ ਰਾਈਟ 무ਵ ਕਰਾਂ ਤੁਸੀਂ ਦੇਖ ਰਹੇ ਹੋ ਇਸ ਪਲੇਨ ਦੇ ਕੀ ਹੈ ਮੂਵਮੈਂਟ ਸਮਾਂਤਰ ਪੈਰਲਰ ਜੇ ਰਾਈਟ ਟੂ ਲੈਫਟ 무ਵ ਕਰਾਂ ਸਾਰੇ ਸਮਾਂਤਰਾ ਸੋ ਇਹਦੇ ਪੈਰਲਰ ਕਿਹੜੀ ਕਿਹੜੀ ਮੂਵਮੈਂਟਸ ਹੋ ਸਕਦੀਆਂ ਸਾਡੇ ਕੋਲ ਸ਼ੋਲਡਰ ਆ ਐਬਡਕਸ਼ਨ ਐਡਕਸ਼ਨ ਹਨਾ ਸਾਡੇ ਕੋਲੇ ਲਿਟਰਲ ਫਲੈਕਸ਼ਨ ਹੈਗੀ ਆ ਸਾਡੇ ਕੋਲੇ हिਪ ਦੀ ਐਬਡਕਸ਼ਨ ਐਡਕਸ਼ਨ ਹੁੰਦੀ ਆ ਸੋ ਇਹ ਕੀਆ ਇਹ ਸਾਡੇ ਕੋਲੇ ਫਰੰਟਲ ਪਲੇਨਸ ਦੇ ਵਿੱਚ ਮੂਵਮੈਂਟ ਹੁੰਦੀਆਂ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਐਕਸਿਸ ਬਾਰੇ ਕਿ ਫਰੰਟਲ ਪਲੇਨ ਦੇ ਵਿੱਚ ਕਿਹੜੀ ਐਕਸਿਸ ਹੁੰਦੀ ਆ ਸੋ ਮੂਵਮੈਂਟ ਅਬਾਊਟ ਦਾ ਐਂਟੀਰੀਓ ਪੋਸਟੀਰੀਅਰ ਐਕਸਿਸ ਸੋ ਇਹ ਫਰੰਟਲ ਪਲੇਨ ਇਹਦੀ ਐਕਸਿਸ ਤੁਸੀਂ ਦੇਖ ਰਹੇ ਹੋ ਆਈ ਐਕਸਿਸ ਹੈ ਇਹਦੀ ਇਹ ਐਕਸਿਸ ਕਿੱਦਾਂ ਮੂਵ ਕਰ ਰਹੀ ਆ ਇਹ ਅੱਗੇ ਤੋਂ ਪਿੱਛੇ ਵੱਲ ਨੂੰ ਮੂਵ ਕਰ ਰਹੀ ਆ ਐਂਟੀਰੀਓ ਪੋਸਟੀਰੀਅਰ ਹੁਣ ਐਂਟੀਰੀਅਰ ਪੋਸਟੀਰੀਅਰ ਕੀ ਹੁੰਦਾ ਮੈਂ ਪਹਿਲਾਂ ਵੀਡੀਓ ਬਣਾਇਆ ਉਹਨੂੰ ਜਾ ਕੇ ਦੇਖੋ तो थो क्लीयर होएगा कि एंटीरियर पोस्टीरियर मीडियल लेटरल की होंगे ठीक है जी सो तो एक्सिस की फरंटल प्लेन से मूव कर रही है एंटीरियो पोस्टीरियर, अगे तो पिछे वालों ये एक्सिस आगे एक तो पिछे वालों मूव कर रही है तो इस एक्सिस सैजिटल होरीजोंटल एक्सिस के नाम तो भी जानते हैं ठीक है जी सैजिटल प्लेन के एक्सिस इदा इनू आप नाम तो जानते मीडियो लिटरल या फ्रंटल होरीजोंटल ਜਿਹੜਾ ਸਾਡੇ ਕੋ ਫਰੰਟਲ ਪਲੇਨ ਆ ਫਰੰਟਲ ਪਲੇਨ ਦੇ ਵਿੱਚ ਐਕਸਿਸ ਕੀਤਾ ਐਂਟੀਰੀਓ ਪੋਸਟੀਰੀਅਰ ਜਾਂ ਸੈਜੀਟਲ ਹਾਰੀਜ਼ਨਟਲ ਐਕਸਿਸ ਸੋ ਅੱਗੇ ਆਪਾਂ ਗੱਲ ਕਰਾਂਗੇ ਟ੍ਰਾਂਸਵਰਸ ਪਲੇਨ ਸੋ ਟ੍ਰਾਂਸਵਰਸ ਪਲੇਨ ਨੂੰ ਆਪਾਂ ਹੋਰੀਜ਼ੋਨਟਲ ਪਲੇਨ ਦੇ ਨਾਮ ਤੋਂ ਵੀ ਜਾਣਦੇ ਹਾਂ ਸਟਾਰ ਮਾਰਕ ਕਰ ਰਿਹਾ ਇੰਪੋਰਟੈਂਟ ਹੈਗਾ ਕੁਐਸਚਨ ਬਣ ਸਕਦਾ ਕਿ ਟ੍ਰਾਂਸਵਰਸ ਪਲੇਨ ਨੂੰ ਹੋਰ ਕਿਸ ਨਾਮ ਤੋਂ ਜਾਣਦੇ ਹਾਂ ਸੋ ਟ੍ਰਾਂਸਵਰਸ ਪਲੇਨ ਕੀ ਕਰਦਾ ਡਿਵਾਈਡਸ ਦਾ ਬਾਡੀ ਇੰਟੂ ਟਾਪ ਐਂਡ ਬਾਟਮ ਸਾਡੇ ਸਰੀਰ ਨੂੰ ਟਾਪ ਐਂਡ ਬਾਟਮ ਦੇ ਵਿੱਚ ਡਿਵਾਈਡ ਕਰਦਾ ਹੈ ਸੋ ਇਹ ਕੀ ਹੈ ਟ੍ਰਾਂਸਵਰਸ ਪਲੇਨ ਆ ਜੇਕਰ ਮੇਰੇ ਸਰੀਰ ਨੂੰ ਇਸ ਤਰੀਕੇ ਨਾਲ ਕੱਟੇਗਾ ਮੇਰਾ ਸਰੀਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਏਗਾ ਕਿਹੜੇ ਦੋ ਹਿੱਸੇ ਟਾਪ ਐਂਡ ਬਾਟਮ ਯਾ ਪੰਜਾਬੀ ਚ ਕਹ ਲਈਏ ਉੱਪਰਲਾ ਭਾਗ ਤੇ ਥਲੜਾ ਭਾਗ ਦੋ ਹਿੱਸਿਆਂ ਚ ਮੇਰਾ ਸਰੀਰ ਵੰਡਿਆ ਜਾਏਗਾ ਟਰਾਂਸਵਰਸ ਪਲੇਨ ਦੇ ਵਿੱਚ ਉਸ ਤੋਂ ਬਾਅਦ ਅਗਲੀ ਚੀਜ਼ ਕੀ ਹੈ ਦ ਬੋਡੀ ਪਾਰਟ ਕੈਨ ਸਟੇ ਇਨ ਪਲੇਸ ਐਂਡ ਸਪਿਨ दैट इज ਰੋਟੇਟ ਇਹਦੇ ਵਿੱਚ ਕੀ ਹੁੰਦਾ ਸਾਡੇ ਕੋ ਹਮੇਸ਼ਾ ਯਾਦ ਰੱਖਣਾ ਕਿ ਟਰਾਂਸਵਰਸ ਪਲੇਨ ਦੇ ਵਿੱਚ ਰੋਟੇਸ਼ਨ ਹੁੰਦੀ ਹੈ ਠੀਕ ਹੈ ਜੀ ਰੋਟੇਸ਼ਨ ਹੁੰਦੀ ਹੈ ਬੋਡੀ ਪਾਰਟ ਆਪਣੀ ਜਗ੍ਹਾ ਤੇ ਰਹਿੰਦਾ ਹੈ ਇਨ ਜੋਇੰਟ ਦੇ ਉੱਤੇ ਸਪਿਨ ਕਰਦਾ ਹੈ ਜੋਇੰਟ ਜਾਂ ਰੋਟੇਟ ਕਰਦਾ ਹੈ ਸੋ ਆਪਾਂ ਗੱਲ ਕਰੀਏ ਇੰਟਰਨਲ ਰੋਟੇਸ਼ਨ ਦੀ ਐਕਸਟਰਨਲ ਰੋਟੇਸ਼ਨ ਦੀ ਇਹ ਕੀ ਨੇ ਇਹ ਸਾਡੇ ਕੋਲੇ ট্রান্সਵਰਸ ਪਲੇਨ ਦੇ ਵਿੱਚ ਮੂਵਮੈਂਟ ਹੋ ਰਹੀ ਆ ਸੋ ਇਸ ਪਲੇਨ ਦੇ ਪੈਰਲਰ ਮੂਵਮੈਂਟ ਆਪਾਂ ਕਿਹੜੀਆਂ ਕਿਹੜੀਆਂ ਕਰ ਸਕਦੇ ਆ ਇਸ ਪਲੇਨ ਦੇ ਪੈਰਲਰ ਮੈਂ ਹਰੀਜ਼ੋਂਟਲ ਐਡਕਸ਼ਨ ਕਰ ਸਕਦਾ ਮੈਂ ਹਰੀਜ਼ੋਂਟਲ ਐਬਡਕਸ਼ਨ ਕਰ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਸ਼ੋਲਡਰ ਇੰਟਰਨਲ ਰੋਟੇਸ਼ਨ ਸਟੋਲਰ ਐਕਸਟਰਨਲ ਰੋਟੇਸ਼ਨ हिप ਇੰਟਰਨਲ ਰੋਟੇਸ਼ਨ हिप ਐਕਸਟਰਨਲ ਰੋਟੇਸ਼ਨ ਇਹ ਕਿਨੇ ట్రాਨਵਰਸ ਪਲੇਨ ਦੇ ਵਿੱਚ ਮੂਵਮੈਂਟਸ ਹੋ ਰਹੀਆਂ ਨੇ ਠੀਕ ਹੈ ਜੀ ਉਹ ਮੂਵਮੈਂਟਸ ਕਿਨੇ ਇਸ ਪਲੇਨ ਦੇ ਬਿਲਕੁਲ ਪੈਰਲਰ ਨੇ ਬਿਲਕੁਲ ਸਮਾਂਤਰ ਨੇ ਅੱਗੇ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਐਕਸਿਸ ਕਿਹੜੀ ਇਨਵੋਲਵ ਹੁੰਦੀ ਆ ਮੂਵਮੈਂਟ ਅਬਾਊਟ ਦ ਲੌਂਗੀਟਿਊਡਨਲ ਐਕਸਿਸ ਸੋ ਇਹ ਮੇਰਾ ਪਲੇਨ ਹੈਗਾ ట్రాਨਵਰਸ ਪਲੇਨ ਨੂੰ ਤੁਸੀਂ ਦੇਖ ਰਹੇ ਹੋ ਜਿਹੜੀ ਐਕਸਿਸ ਆ ਉਹ ਇਸ ਤਰੀਕੇ ਨਾਲ ਰਨ ਕਰ ਰਹੀ ਹੈ ਐਕਸਪਲੇਨ ਦੇ ਪਰਪੈਂਡੀਕੂਲਰ ਇਸ ਤਰੀਕੇ ਨਾਲ ਰਨ ਕਰ ਰਹੀ ਹੈ ਠੀਕ ਹੈ ਜੀ ਸੋ ਇਸ ਐਕਸਿਸ ਨੂੰ ਆਪਾਂ ਕੀ ਬੋਲਦੇ ਹਾਂ ਐਕਸਿਸ ਨੂੰ ਆਪਾਂ ਬੋਲਦੇ ਹਾਂ ਲੌਂਗੀਟਿਊਡਨਲ ਐਕਸਿਸ ਕਿਹੜੀ ਐਕਸਿਸ ਲੌਂਗੀਟਿਊਡਨਲ ਐਕਸਿਸ ਸੋ ਹੋਰ ਲੌਂਗੀਟਿਊਡਨਲ ਐਕਸਿਸ ਨੂੰ ਕਿਸ ਨਾਮ ਤੋਂ ਜਾਣਿਆ ਜਾਂਦਾ ਹੈ ਹੋਰ ਇਹਨੂੰ ਜਾਣਿਆ ਜਾਂਦਾ ਹੈ ਵਰਟੀਕਲ ਐਕਸਿਸ ਦੇ ਨਾਮ ਤੋਂ ਵਰਟੀਕਲ ਐਕਸਿਸ ਜਾਂ ਇੱਕ ਹੋਰ ਨਾਮ ਹੈਗਾ ਥੈਟ ਇਜ਼ ਸੁਪੀਰੀਓ सुपीरियर इनफीरियर सुपीरियर इनफीरियर एक्सिस इस नाम तो भी लोंगिट्यूडिनल एक्सिस ਨੂੰ ਜਾਣੇ ਜਾਂਦਾ ਹੈ ਇੰਪੋਰਟੈਂਟ ਹੈਗਾ ਵਰਟੀਕਲ ਐਕਸਿਸ ਸੁਪੀਰੀਅਰ ਇਨफीरियर ਐਕਸਿਸ ਇਹਨੂੰ ਤੁਸੀਂ ਨੋਟ ਕਰ ਲਿਓ ਲੌਂਗਿਟਿਊਡਲ ਐਕਸਿਸ ਸੋ ਇਹ ਇਹਦੇ ਅਲੱਗ-ਅਲੱਗ ਨਾਮ ਹੈਗੇ ਨੇ ਐਕਸਿਸ ਤੇ ਹਨਾ ਸੋ ਆਈ ਹੋਪ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ ਠੀਕ ਹੈ ਜੀ ਜੇ ਵਧੀਆ ਲੱਗਿਆ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਵੀਡੀਓ ਨੂੰ ਟਿਲ ਦਨ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ